ਸਭ ਨੂੰ ਸਤਿ ਸ੍ਰੀ ਅਕਾਲ ਜੀ। ਆਪਾਂ ਚੱਲੇ ਜੀ ਪੰਜ ਤਖਤ ਯਾਤਰਾ ਤੇ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਮਨਜੋਤ ਸਿੰਘ ਹੈ ਜੀ ਅਤੇ ਮੈਂ ਦਰਾਹੇ ਤੋਂ ਬਿਲੋਂਗ ਕਰਦਾ ਜੀ। ਮੇਰਾ ਇੱਕ ਸੁਪਨਾ ਸੀਗਾ ਜੀ, ਜਦੋਂ ਵੀ ਮੈਂ ਬਾਈਕ ਲਵਾਂ ਤਾਂ ਮੈਂ ਇੱਕ ਸਿੱਖ ਹੋਣ ਦੇ ਨਾਤੇ ਜੀ ਪੰਜ ਤਖਤ ਦੀ ਰਾਈਡ ਜ਼ਰੂਰ ਕਰਾਂ ਜੀ। ਅਤੇ ਅੱਜ ਬਾਬਾ ਜੀ ਨੇ ਕਿਰਪਾ ਕੀਤੀ ਹੈ ਜੀ, ਅੱਜ ਮੈਂ ਯਾਤਰਾ ਕਰ ਰਿਹਾ ਪੰਜ ਤਖਤ ਸਾਹਿਬ ਜੀ ਦੀ, ਅਤੇ ਅੱਜ ਮੇਰਾ ਘਰੋਂ ਨਿਕਲਿਆ ਹੋਇਆ 13ਵਾਂ ਦਿਨ ਹੈ ਜੀ, ਅਤੇ ਅੱਜ ਮੈਂ ਪਹੁੰਚਿਆ ਜੀ ਸ਼੍ਰੀ ਹਰਿਮੰਦਰ ਸਾਹਿਬ ਜੀ। ਅਤੇ ਬਾਕੀ ਮੈਂ ਨੌਜਵਾਨ ਨੂੰ ਇਹ ਮੈਸੇਜ ਦੇਣਾ ਚਾਹੂੰਗਾ ਜੀ, ਆਪਣਾ ਅੰਮ੍ਰਿਤ ਛਕੋ ਜੀ, ਗੁਰੂ ਦੇ ਸਿੰਘ ਬਣੋ ਅਤੇ ਗੁਰੂ ਦੇ ਰਣ ਲੱਗੋ ਜੀ। ਬਾਕੀ ਇਹੀ ਹੈ ਜੀ ਮੇਰਾ ਮੈਸੇਜ ਜੀ। ਜੇ ਆਪਾਂ ਸਵੇਰੇ ਪਹਿਲੇ ਚੱਕ ਆਏ ਤਾਂ ਆਪਣਾ ਸਾਬੋ ਕੀ ਤਲਵੰਡੀ ਜੀ, ਅਤੇ ਹੁਣ ਆਪਾਂ ਆਏ ਹਾਂ ਜੀ ਦਰਬਾਰ ਸਾਹਿਬ, ਬਾਕੀ ਲਾਸਟ ਵੀ ਅਨੰਦਪੁਰ ਸਾਹਿਬ ਰਹਿ ਗਿਆ ਜੀ, ਅਤੇ ਉਸ ਤੋਂ ਬਾਅਦ ਆਪਣੀ ਹੋ ਜੂਗੀ ਯਾਤਰਾ ਪੂਰੀ। ਕਹਿੰਦੇ ਕਿ ਜਦੋਂ ਕੋਈ ਬਾਈਕ ਲੈਂਦਾ ਅਤੇ ਉਹ ਟੂਰ ਡਲੋਜੀ ਦਾ ਕੱਢ ਜਾਂਦਾ, ਧਰਮਸ਼ਾਲਾ ਦਾ ਕੱਢਦਾ, ਪੰਜ ਤਖਤਾਂ ਦਾ ਕਿੱਦਾਂ ਆਇਆ? ਬਸ ਮੇਨ ਗੱਲ ਉਹੀ ਹੈ ਜੀ, ਆਪਾਂ ਸਰਦਾਰ ਹੋਣ ਦੇ ਨਾਤੇ ਵੀ ਕੱਢਣਾ ਚਾਹੀਦਾ ਜੀ ਇਹਦੇ ਵਿੱਚ। ਮਤਲਬ ਸਾਰਿਆਂ ਨੂੰ ਕਹੂੰ ਜਿਹੜੇ ਬਾਈਕਰਸ ਨੇ, ਜਿਵੇਂ ਸਾਰੇ ਨੇ ਵੀ ਚਲੋ ਆਪਣੇ ਆਪਣੇ ਧਰਮ ਦਾ ਹਰੇਕ ਨੇ, ਆਪਣਾ ਆਪਣਾ ਹਰੇਕ ਦਾ ਵੈ, ਜਿਵੇਂ ਸਾਰੀ ਹਰੇਕ ਦਾ ਜਿਵੇਂ ਆਪਣਾ ਆਪਣਾ ਧਰਮ ਦੇ ਵਧੀਆ ਨੇ ਜੀ। ਨੌਜਵਾਨਾਂ ਨੂੰ ਬਸ ਮੈਸੇਜ ਇਹੀ ਹੈ ਜੀ, ਗੁਰੂ ਨੇ ਸਭ ਕੁਛ ਕਰਨਾ ਜੀ, ਉਹਦੇ ਨਾਲ ਲੱਗੇ ਰਹੋ ਜੀ। ਕਹਿੰਦੇ ਕਿ ਕਈ ਰਸਤੇ ਵਿੱਚ ਤੁਹਾਨੂੰ ਨੌਜਵਾਨ ਮਿਲੇ, ਉਹਨਾਂ ਨੇ ਵੀ ਪ੍ਰਤੀਕ ਕੀਤਾ ਕਿ ਨਸ਼ੇ ਤੋਂ ਦੂਰ ਹੋਵੇ ਤੇ ਗੁਰਬਾਣੀ ਸੁਨੇਹਾ ਲੈ ਕੇ ਜਾ ਰਹੇ ਹੋ ਹਰ ਜਗ੍ਹਾ। ਨਸ਼ੇ ਤੋਂ ਦੂਰ ਤਾਂ ਦੇਖੋ ਵਧੀਆ ਗੱਲ ਹੈ ਜੀ, ਨਸ਼ੇ ਤੋਂ ਦੂਰ ਤਾਂ ਹਰੇਕ ਨੂੰ ਰਹਿਣਾ ਚਾਹੀਦਾ ਵਾ ਜੀ, ਉਹ ਤਾਂ